ਅਵਿਰਾਜ ਸਿੰਘ ਬਾਰੇ ਇਹ ਕਵਿਤਾ ਕਹਿਣ ਜਾ ਰਿਹਾ ਹਾਂ, ਧਿਆਨ ਨਾਲ ਸਰਵਣ ਕਰਨਾ ਜੀ। ਘਰ ਵਿੱਚ ਆਇਆ ਸੀ ਜਦ ਲਾਲ, ਪੂਰੇ ਹੋ ਗਏ ਨੇ 2 ਸਾਲ, ਦਿੱਤੀ ਦਾਤ ਸੀ ਆਪ ਦਤਾਰ, ਆ ਗਿਆ ਸੀ ਇਹ ਵਿੱਚ ਸੰਸਾਰ। ਅੱਜ ਫਿਰ 2 ਸਾਲਾਂ ਦੇ ਬਾਅਦ ਆ ਰਿਹਾ ਮੈਨੂੰ ਦਿਨ ਉਹ ਯਾਦ, 29 ਸਤੰਬਰ 2022 ਸ਼ਾਮ ਵੀ ਕਦੀ ਉਹ ਯਾਦ ਹੈ ਆਈ। ਦਾਖਲ ਸੀ ਬੇਟੀ ਹਸਪਤਾਲ, ਆ ਰਿਹਾ ਘਰ ਦੇ ਵਿੱਚ ਸੀ ਬਾਲ, ਡਾਕਟਰ ਗੁਰਪਾਲ ਸਿੰਘ ਤੇ ਦਾਸ, ਕਾਰ ਚ ਬੈਠੇ ਆਸ ਤੇ ਪਾਸ, ਦਿਲ ਵਿੱਚ ਕਰ ਰਹੇ ਸਾਂ ਅਰਦਾਸ, ਕਾਰਜ ਸਾਰੇ ਹੋਵਣ ਰਾਸ, ਦਿਲ ਵਿੱਚ ਕਰ ਰਹੇ ਸਾਂ ਅਰਦਾਸ, ਕਾਰਜ ਸਾਰੇ ਹੋਵਣ ਰਾਸ, ਹੋਈਏ ਪ੍ਰੀਖਿਆ ਵਿੱਚੋਂ ਪਾਸ, ਆ ਗਈ ਖੁਸ਼ੀ ਦੀ ਖਬਰ ਸੀ ਖਾਸ, ਬੇਟੀ ਨੇ ਹੈ ਬੇਟਾ ਜਾਇਆ, ਇਕਦਮ ਖੁਸ਼ੀਆਂ ਖੇੜੇ ਲਿਆਇਆ, ਖੇੜਿਆ ਫੁੱਲ ਗੁਲਜ਼ਾਰ ਦੇ ਅੰਦਰ, ਆਇਆ ਇਸ ਪਰਿਵਾਰ ਦੇ ਅੰਦਰ, ਹਰ ਸਿਮਰਨ ਦਾ ਪੁੱਤ ਪਿਆਰਾ, ਸਭ ਦੀਆਂ ਅੱਖੀਆਂ ਦਾ ਏ ਤਾਰਾ, ਬਲਪ੍ਰੀਤ ਦਾ ਸੋਹਣਾ ਲਾਲ, ਰੱਖਦੀ ਲਾ ਕੇ ਹਿੱਕ ਦੇ ਨਾਲ, ਘਰ ਵਿੱਚ ਆਇਆ ਸੀ ਸ਼ਹਿਜ਼ਾਦਾ, ਗੁਰਪਾਲ ਸਿੰਘ ਸੀ ਬਣ ਗਏ ਦਾਦਾ, ਮਨਜੀਤ ਕੌਰ ਨੇ ਲਾਡ ਲਡਾਏ, ਪੋਤੇ ਦੇ ਸੀ ਸ਼ਗਨ ਮਨਾਏ, ਪਿਆਰ ਨਾਲ ਚੁੱਕ ਚੁੱਕ ਕੇ ਕੁੱਛੜ, ਖੁਸ਼ੀ ਚ ਖੀਵੇ ਭੂਆ ਫੁੱਫੜ, ਬਹੁ ਮੁੱਲਾ ਮਿਲ ਗਿਆ ਖਜ਼ਾਨਾ, ਜਾਚ ਕਵੀ ਬਣ ਗਿਆ ਸਿਨਾਨਾ, ਬਹੁ ਮੁੱਲਾ ਮਿਲ ਗਿਆ ਖਜ਼ਾਨਾ, ਜਾਚ ਕਵੀ ਬਣ ਗਿਆ ਸਿਨਾਨਾ, ਰੱਬ ਨੇ ਦਿੱਤੀ ਪਿਆਰ ਨਿਸ਼ਾਨੀ, ਜਗਦੀਪ ਕੌਰ ਵੀ ਬਣ ਗਈ ਨਾਨੀ, ਦਲਬੀਰ ਦੋਤੇ ਤੋਂ ਸਦਕੇ ਜਾਵੇ, ਅੰਬਰਾਂ ਵਿੱਚੋਂ ਫੁੱਲ ਵਰਸਾਵੇ, ਨਜ਼ਰਾਂ ਇਸ ਵੱਲ ਰੱਖ ਸਵੱਲੀਆਂ, ਮਾਮਿਆਂ ਤੁਰੋਂ ਅਸੀਸਾਂ ਘਲੀਆਂ, ਗੋਲਡੀ ਵਿੱਕੀ ਫਰਜ਼ ਨਿਭਾਰੇ, ਖੁਸ਼ੀ ਚ ਖੀਵੇ ਹੁੰਦੇ ਜਾਰੇ, ਮਿਲ ਗਈਆਂ ਖੁਸ਼ੀਆਂ ਬੇਹਿਸਾਬ, ਚਿਹਰੇ ਖਿੜ ਗਏ ਵਾਂਗ ਗੁਲਾਬ, ਸੋਹਣਾ ਜਿਹਾ ਹੈ ਨਾ ਅਵਿਰਾਜ, ਸੋਹਣਾ ਜਿਹਾ ਹੈ ਨਾ ਅਵਿਰਾਜ, ਸਾਡੇ ਸਭ ਦੇ ਸਿਰ ਦਾ ਤਾਜ, ਨਜ਼ਰ ਹੈ ਰੱਖਦਾ, ਨਜ਼ਰ ਹੈ ਰੱਖਦਾ ਵਾਂਗੇ ਬਾਜ, ਕਰਦੇ ਹਾਂ ਅਸੀਂ ਇਸ ਤੇ ਨਾਜ, ਜਿਵੇਂ ਹੀ ਇਹ ਜ਼ੁਬਾਨ ਨੂੰ ਖੋਲੇ, ਊੜਾ ਐੜਾ ਈੜੀ ਬੋਲੇ, ਬੋਲ ਬੋਲਣ ਤੋਂ ਪਹਿਲਾਂ ਤੋਲੇ, ਬੋਲ ਬੋਲ ਵਿੱਚ ਮਿਸ਼ਰੀ ਕੋਲੇ, ਦਿਲ ਦੀਆਂ ਗੱਲਾਂ ਹੈ ਇਹ ਦੱਸਦਾ, ਨਾਲ ਹੀ ਖਿੜ ਖਿੜ ਰਹਿੰਦਾ ਹੱਸਦਾ, ਪੋਤਲੀਆਂ ਹੈ ਗੱਲਾਂ ਕਰਦਾ, ਨਿੱਕੇ ਨਿੱਕੇ ਪੱਬ ਵੀ ਧਰਦਾ, ਦਾਦੀ ਦਾਦਾ ਲਾਡ ਲਡਾਉਂਦੇ, ਪੰਜਾਬੀ ਵੀ ਇਸ ਤਾਈ ਸਿਖਾਉਂਦੇ, ਲੈ ਰਿਹਾ ਬੜਾ ਹੀ ਲਾਡ ਪਿਆਰ, ਇਸ ਘਰ ਵਿੱਚ ਛੋਟਾ ਸਰਦਾਰ,
ਵਾਰ ਵਾਰ ਸੀਨੇ ਨਾਲ ਲਾਈਏ, ਇਸ ਤੋਂ ਵਾਰੀ ਸਦਕੇ ਜਾਈਏ, ਚਿਹਰਾ ਇਸ ਦਾ ਦੱਸ ਰਿਹਾ ਏ, ਮੇਰਾ ਨਾਮੀ ਵੱਸ ਰਿਹਾ ਏ, ਕਿਰਪਾ ਕਰੇ ਆਪ ਕਰਤਾਰ, ਵਧੇ ਫੁੱਲੇ ਇਹ ਵਿੱਚ ਸੰਸਾਰ, ਇਸ ਨੂੰ ਤੱਤੀ ਵਾਨ ਲੱਗੇ, ਸਦਾ ਹੀ ਰਹੇ ਇਹ ਸਭ ਤੋਂ ਅੱਗੇ, ਵੱਡਾ ਹੋ ਕੇ ਨਾਮ ਕਮਾਵੇ, ਦੁਨੀਆਂ ਦੇ ਵਿੱਚ ਰੁਤਬਾ ਪਾਵੇ, ਜਾਚ ਕੇ ਮਿਹਰ ਕਰੇ ਕਰਤਾਰ, ਸੁਖੀ ਵਸੇ ਸਾਰਾ ਪਰਿਵਾਰ, 2 ਸਾਲ ਦਾ ਅੱਜ ਹੈ ਹੋਇਆ, ਰਿੜ ਰਿੜ ਪੈਰਾਂ ਤੇ ਖਲੋਇਆ, ਅੱਜ ਫਿਰ ਜਨਮ ਦਿਨ ਹੈ ਆਇਆ, ਚਾਵਾਂ ਦੇ ਨਾਲ ਅਸੀਂ ਮਨਾਇਆ, ਸਭ ਤੋਂ ਪਹਿਲਾਂ ਗੁਰਦੁਆਰੇ, ਸਭ ਤੋਂ ਪਹਿਲਾਂ ਗੁਰਦੁਆਰੇ, ਮੱਥਾ ਟੇਕਣ ਪਹੁੰਚੇ ਸਾਰੇ, ਗੁਰ ਚਰਨਾਂ ਨਾਲ ਬਿਰਤੀ ਲਾਈ, ਜਨਮ ਦਿਨ ਤੇ ਅਰਦਾਸ ਕਰਾਈ, ਵਾਹਿਗੁਰੂ ਜੀ ਦੀ ਲੈ ਕੇ ਟੇਕ, ਰਲ ਮਿਲ ਸਭ ਨੇ ਕੱਟਿਆ ਕੇਕ, ਇੱਕ ਦੂਜੇ ਦੇ ਮੂੰਹ ਵਿੱਚ ਪਾਇਆ, ਸੱਚਮੁੱਚ ਬੜਾ ਸਵਾਦ ਹੈ ਆਇਆ, ਖੁਸ਼ੀ ਦੀਆਂ ਇਹ ਘੜੀਆਂ ਆਈਆਂ, ਚੰਡੀਗੜ੍ਹ ਦੇ ਵਿੱਚ ਮਨਾਈਆਂ, ਲੱਡੂ ਪੇੜੇ ਬਰਫੀਆਂ ਖਾਈਆਂ, ਇੱਕ ਦੂਜੇ ਨੂੰ ਦਿੱਤੀਆਂ ਵਧਾਈਆਂ, ਜਾਚਕ ਨੇ ਕਵਿਤਾ ਬਣਾਈ, ਸਭ ਨੂੰ ਰੂਹ ਦੇ ਨਾਲ ਸੁਣਾਈ, ਸੋਸ਼ਲ ਮੀਡੀਆ ਤੇ ਵੀ ਪਾਈ, ਸਾਰੇ ਹੀ ਹੁਣ ਦਿਓ ਵਧਾਈ, ਬਹੁਤ ਹੀ ਸੋਹਣੀ ਕਵਿਤਾ ਬਣਾਈ।